ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਆਹ ਸੰਗਤ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਇਸ ਕਰਕੇ ਅਸੀਂ ਪਿੰਡੋਂ ਸਾਰੇ ਮੁੰਡੇ ਅਤੇ ਜਾਣੀ ਜਿੰਨੇ ਕੁ ਵੀ ਜਾਣੀ ਮੁੰਡੇ ਆ ਸਕੇ ਇਹ ਸਾਰੇ ਅਸੀਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਏ ਸੀ ਅਤੇ ਹੁਣ ਅਸੀਂ ਪਹੁੰਚੇ ਹਾਂ ਚਮਕੌਰ ਸਾਹਿਬ ਮੱਥਾ ਟੇਕਣ ਲਈ ਦਰਸ਼ਨ ਕਰਨ ਲਈ ਅਤੇ ਹੁਣ ਇੱਥੇ ਦਰਸ਼ਨ ਕਰਨ ਤੋਂ ਬਾਅਦ ਜਾਵਾਂਗੇ ਉੱਥੇ ਫਤਿਹਗੜ੍ਹ ਸਾਹਿਬ ਚਲੋ ਚੱਲਦੇ ਹਾਂ ਆਪਾਂ ਅੰਦਰ ਨੂੰ ਬਾਕੀ ਵੇਟ ਕਰ ਰਹੇ ਬੰਦਿਆਂ ਦੀ ਉਹਨਾਂ ਦੇ ਆਏ ਤੇ ਰਸਤਾ ਟਾਈਮ ਹੋ ਗਿਆ ਜੀ ਅਤੇ ਹੁਣ ਆਪਾਂ ਮੱਥਾ ਟੇਕ ਲਈਏ ਮੱਥਾ ਟੇਕ ਕੇ ਫਿਰ ਚਾਲੇ ਪਾਉਂਦੇ ਹਾਂ ਕਰ ਲਓ ਦਰਸ਼ਨ ਸਾਡੇ ਨਾਮ ਕੀ ਟਿਲ ਵੜਿਆਈ ਆਖ ਠੱਗੇ ਕੀ ਮਤ ਗੁਰਦੁਆਰਾ ਗੜੀ ਸਾਹਿਬ ਇਹ ਆ ਜੀ ਉਹ ਸਥਾਨ ਜਿੱਥੇ ਦਸਮ ਪਿਤਾ ਪਾਤਸ਼ਾਹ ਨੇ 40 ਸਿੰਘਾਂ ਦੇ ਨਾਲ 10 ਲੱਖ ਫੌਜ ਦਾ ਮੁਕਾਬਲਾ ਕੀਤਾ ਵੱਡੇ ਸਾਹਿਬਜ਼ਾਦੇ ਇਸੇ ਗੜੀ 'ਤੇ ਲੜਦੇ ਹੋਏ ਸ਼ਹੀਦ ਹੋਏ ਚਲੋ ਚੱਲਦੇ ਹਾਂ ਜੀ ਹੁਣ ਆਪਾਂ ਅਤੇ ਹੋਰ ਗੁਰਦੁਆਰਾ ਸਾਹਿਬ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਆ ਆਪਾਂ ਦਰਸ਼ਨ ਕਰਕੇ ਹੁਣ ਆਪਾਂ ਉੱਧਰ ਆਪਣੀ ਟਰਾਲੀ ਵੱਲ ਚੱਲੇ ਹਾਂ ਅਤੇ ਦੇਖਦੇ ਹਾਂ ਚਲੋ ਫਿਰ ਚੱਲੀਏ ਲਓ ਜੀ ਪੁਆੜ ਖੁੱਲ੍ਹ ਗਏ ਨੇ ਨਗਾਰੇ ਦੀ ਚੋਟ ਲਾਤੀ ਆ ਆਪਾਂ ਕਰੇ ਹਾਂ ਦਰਸ਼ਨ ਪਹਿਲਾਂ ਹੁਣ ਸੰਗਤ ਦਾ ਇਕੱਠ ਦੇਖੋ ਸਾਧ ਸੰਗਤ ਜੀ ਆਪਾਂ ਅੰਦਰ ਥੱਲੇ ਘੋੜਾ ਸਾਹਿਬ 'ਚ ਦਰਸ਼ਨ ਗੁਜ਼ਾਰੇ ਕਰਕੇ ਆਏ ਹਾਂ ਅਤੇ ਹੁਣ ਚੱਲੇ ਹਾਂ ਇੱਧਰ ਬੁਰਜ ਸਾਹਿਬ ਵੱਲ ਮੱਥਾ ਟੇਕਣ ਇੱਥੋਂ ਜਾਣੀ ਸ਼ੁਰੂ ਹੋ ਜਾਂਦੀ ਹੈ ਸੰਗਤ ਦਾ ਮੱਥਾ ਟੇਕਣ ਵਾਲਿਆਂ ਦਾ ਉੱਧਰ ਨੂੰ ਇੱਥੋਂ ਸ਼ੁਰੂ ਹੋ ਜਾਂਦੇ ਫਿਰ ਉਹ ਲੰਬਾ ਲੰਬਾ ਇੱਧਰ ਹੁਣ ਨਿਤਨੇਮ ਸਾਹਿਬ ਚੱਲਦਾ ਆ ਅਤੇ ਸੰਗਤ ਬੈਠੀ ਬੜੇ ਟਕਾ ਨਾਲ ਸ਼ਰਧਾ ਭਾਵਨਾ ਨਾਲ ਨਿਤਨੇਮ ਸਾਹਿਬ ਤੋਂ ਸੁਖਣੀ ਸਾਹਿਬ ਚੱਲਦਾ ਫਿਰ ਨਿਤਨੇ 2:30 ਵਜੇ ਜਾਣੀ ਕਵਾੜ ਖੋਲ੍ਹਣਗੇ ਤੁਰਤਰਾ ਰੂਹ ਉੱਥੇ ਤੱਕ ਸੰਗਤ ਬੈਠੀ ਹੋ ਗਈ ਇਸ ਡਿਊੜੀ 'ਚ ਅਤੇ ਹੁਣ ਅਸੀਂ ਵੀ ਇੱਥੇ ਬੈਠਣ ਲੱਗੇ ਸੀ ਥੋੜ੍ਹਾ ਚਿਰ ਬਾਅਦ ਦੇ ਵਿੱਚ ਜਾਵਾਂਗੇ ਮੱਥਾ ਟੇਕਣ ਲਈ
चलो दर्शन कर लीए बाकी गलत बात करेंगे बाद। ज्योति स्वरूप तो मत्था टेक के हम आप चले फतेहगढ़ साहब न मत्था टेकने के लिए अंगद का रुखू कठ जिथे तक निगाह मारो संगत ही संगत सरोवर है जी ज्योति स्वरूप का सरोवर है जी इस पासे ਇੱਥੋਂ ਆਪਾਂ ਸਵੇਰ ਨੂੰ ਵਾਪਸੀ ਚੱਲਾਂਗੇ ਪਿੰਡ ਨੂੰ ਅਤੇ ਚੱਲੀਏ ਇੱਥੇ ਲਿਖ ਕੇ ਵੀ ਲੈ ਆਏ ਆਪਾਂ ਜੀ ਵੀਡੀਓ ਬਣਾਉਣੀ ਬਣਾ ਚਲੋ ਹੁਣ ਆਪਾਂ ਚੱਲਦੇ ਵਾਪਸ ਕਮਰੇ 'ਚ ਪਾਲਕੀ ਸਾਹਿਬ ਤਿਆਰ ਕਰਦੇ ਆ ਸੁਖਾਸਨ ਦੇ ਲਈ ਚਲੋ ਆਪਾਂ ਚੱਲੀਏ ਕਮਰੇ 'ਚ ਚੱਲਦੇ ਹਾਂ ਜੀ ਹੁਣ ਵਾਪਸੀ 'ਤੇ ਪਿੰਡ ਹੁਣ चले जाना है ये रास्ते च गुरु घर गए तो थानू दिखा देंगे चलो मिलते हैं जी फिर आप गुरु घर जो गए नहीं तो फिर वापस पिंड पहुँच के लो जी उतो ना फतेहगढ़ साहब तो
ਮੱਥਾ ਟੇਕ ਕੇ ਦਰਸ਼ਨ ਕਰਕੇ ਫਿਰ ਆ ਗਏ ਸੀਗੇ ਅਸੀਂ ਪਟਿਆਲੇ ਦੂਖ ਨਿਵਾਰਨ ਸਾਹਿਬ ਮੱਥਾ ਟੇਕਣ ਲਈ। ਅਤੇ ਹੁਣ ਅੱਜ ਦੀ ਰਾਤ ਇੱਥੇ ਰਵਾਂਗੇ, ਆਪਾਂ ਤੁਹਾਨੂੰ ਕਰਾਉਂਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਦੇ। ਇੱਥੋਂ ਹੁਣ ਅਸੀਂ ਸਵੇਰੇ ਵਾਪਸੀ ਕਰਾਂਗੇ ਇੱਧਰੋਂ ਦਰਬਾਰ ਸਾਹਿਬ ਦੀ ਐਂਟਰੈਂਸ ਆ, ਮੈਂ ਉੱਧਰੋਂ ਤਾਂ ਆਇਆ, ਉੱਧਰ ਸਾਡੀ ਟਰਾਲੀ ਖੜ੍ਹੀ ਆ ਆ ਸਾਹਮਣੇ ਦਰਬਾਰ ਸਾਹਿਬ, ਉਸ ਸਾਈਡ ਆ ਜਿੱਧਰ ਉੱਧਰਲੀ ਸਾਈਡ ਆ ਸਰੋਵਰ। ਚਲੋ ਚੱਲਦੇ ਹਾਂ ਅੰਦਰ ਮੱਥਾ ਟੇਕ ਲਈਏ ਪਹਿਲਾਂ। ਲਓ ਜੀ ਆਪਣੀ ਸਵਾਰੀ ਤਿਆਰ ਹੋ ਗਈ ਅਤੇ ਹੁਣ ਪਾਵਾਂਗੇ ਇੱਥੋਂ ਚਾਲੇ ਵਾਪਸੀ ਪਿੰਡ ਨੂੰ। ਬੰਦੇ ਸਾਰੇ ਤਿਆਰ ਆ, ਬਿਲਕੁਲ ਰੈਡੀ ਫਿੱਟ ਫਾਟ ਖੜੀਆਂ ਸੰਗਤਾਂ ਵੇਟ ਕਰਦੀਆਂ ਬਾਕੀ ਟਰਾਲੀ 'ਚ ਆ। ਚਲੋ ਫਿਰ ਚੱਲਦੇ ਹਾਂ, ਆਪਾਂ ਪਾਉਂਦੇ ਹਾਂ ਚਾਲੇ। ਅਤੇ ਜੇ ਜਾਂਦੇ ਹੋਏ ਕਿਤੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਉਹ ਤੁਹਾਨੂੰ ਜ਼ਰੂਰ ਦਿਖਾ ਲਾਂਗੇ। ਅਸੀਂ ਪਹੁੰਚ ਗਏ ਪਿੰਡ ਅਤੇ ਮਹਾਰਾਜ ਦੀ ਕਿਰਪਾ ਨਾਲ ਦਰਸ਼ਨ ਮੇਲੇ ਕਰਕੇ ਹੁਣ ਦਿਓ ਇਜਾਜ਼ਤ, ਚੱਲਦੇ ਹਾਂ ਆਪਾਂ ਆਪਣੇ ਘਰਾਂ ਨੂੰ। ਚਲੋ ਠੀਕ ਹੈ ਜੀ, ਮਿਲਦੇ ਹਾਂ ਫਿਰ ਅਗਲੀ ਹੋਰ ਕਿਸੇ ਵੀਡੀਓ 'ਚ। ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।